ਚੰਗੇ ਦੁੱਧ ਦੀ ਹੈ ਬਾਈ, ਬਾਕੀ ਹੁਣ ਸੂਫੀ ਤਿਆਰ ਕਰਕੇ ਦੇ ਦੇ ਦਿਖਾ ਦਿਆਂਗੇ ਆਪਾਂ। ਹਾਂ ਇਹ ਤਾਂ ਗੱਲ ਹੈਗੀ ਆ, ਮੈਨੂੰ ਉਮੀਦ ਹੈ ਕਿ 20 ਕਿਲੋ ਝੋਟੀ ਦੁੱਧ ਦੇ 19 ਰਹਿ ਜੇ 20। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਆ, ਕਾਇਮ ਆ ਜੀ। ਅੱਜ ਫਿਰ ਪਹੁੰਚੇ ਹਾਂ ਜੀ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਭੁੱਚੋ ਦੇ ਬਿਲਕੁਲ ਨਜ਼ਦੀਕ ਹੈ ਅਤੇ ਬਾਈ ਚਰਨੀ ਕੋਲ। ਤਾਂ ਚਰਨੀ ਬਾਈ ਸਤਿ ਸ਼੍ਰੀ ਅਕਾਲ। ਹਾਂ ਵਧੀਆ ਜੀ, ਆਪਾਂ ਕਿੰਨੀਆਂ ਦਿਖਾਉਣੀਆਂ ਅੱਜ? ਤਿੰਨ ਮੱਝਾਂ ਦਿਖਾਉਣੀਆਂ ਆਪਾਂ। ਚਰਨੀ ਕਿਵੇਂ ਕਿਵੇਂ ਸੂਏ ਦੇ ਵਿੱਚ ਆ ਅਤੇ ਕਿੰਨੇ ਕਿੰਨੇ ਦੁੱਧ ਵਾਲੀਆਂ ਬਾਈ? ਤੀਜੇ ਸੂਈ ਆ। ਅੱਛਾ ਤਿੰਨੇ ਤੀਜੇ ਸੂਈ ਆ ਇੱਥੇ, ਠੀਕ ਹੈ। ਅਤੇ ਇੱਕ ਸੂਈ ਵੀ ਦੋ ਸੂਣ ਵਾਲੀਆਂ? ਇੱਕ ਸੂਈ ਆ, ਦੋ ਸੂਣ ਵਾਲੀਆਂ। ਦੋ ਸੂਣ ਵਾਲੀਆਂ, ਚਲੋ ਫਿਰ ਦਿਖਾਈਏ ਬਾਈ ਆਪਾਂ। ਤਾਂ ਲਓ ਵੀ ਮਿੱਤਰੋ, ਅਤੇ ਪੂਰੀਆਂ ਸੋਹਣੀਆਂ ਅਤੇ ਚੰਗੀ ਕੁਆਲਿਟੀ ਦੀਆਂ, ਤੁਹਾਨੂੰ ਪਤਾ ਚਰਨੀ ਕੋਲ ਮੱਝਾਂ ਹੁੰਦੀਆਂ। ਤਾਂ ਸਭ ਤੋਂ ਪਹਿਲੀ ਮੱਝ ਅਤੇ ਤੁਹਾਨੂੰ ਇੱਧਰਲੇ ਸਾਈਡ 'ਤੇ ਦਰਸ਼ਨ ਕਰਵਾਉਣੇ ਆ। ਇਹ ਕਿਦੋਂ ਸੂਈ ਆ ਬਾਈ? ਇਹ ਬਾਈ ਪਰਸੋਂ ਵਾਲੀ ਰਾਤ ਨੂੰ ਸੂਈ ਆ, ਚੌਥਾ ਡੰਗ ਅੱਜ। ਅੱਜ ਅੱਜ ਚੌਥਾ ਡੰਗ ਹੈ, ਤੀਜਾ ਪਰਸੋਂ ਰਾਤ ਨੂੰ। ਪਰਸੋਂ ਰਾਤ ਨੂੰ ਸੂਈ ਹੈ, ਯਾਨੀ ਕਿ ਅੱਜ ਸਵੇਰ 'ਚ ਖਾਲੀ ਕਰ ਦੋਂਗੇ ਜਮਾਂ? ਹਾਂ ਹਾਂ, ਸਵੇਰ ਨੂੰ ਖਾਲੀ ਕਰ ਦੇਣਾ। ਠੀਕ, ਕੀ ਦਿੱਤਾ ਬਾਈ ਇਹਨੇ? ਇਹਨੇ ਕੱਟਾ ਦਿੱਤਾ। ਕੱਟਾ ਦਿੱਤਾ ਐਤੀ ਬਾਈ? ਕੱਟੇ ਵਾ ਜ਼ਿਆਦੇ ਆ, ਹੈ ਨਾ? ਹਾਂ ਬਾਈ ਜ਼ਿਆਦੇ ਐਤੀ। ਹਾਂ ਵੀ ਜਿਵੇਂ ਫੋਨ ਆਉਂਦਾ ਬੰਦਾ ਕਹਿੰਦਾ ਵੀ ਬਾਈ ਚਾਰ ਸੂੰਗਾ, ਚਾਰਾਂ ਨਹੀਂ ਕੱਟੇ ਦਿੱਤੇ ਆ। ਲਓ ਵੀ ਮਿੱਤਰੋ ਦੇਖੋ, ਬੋਲੀ ਤੋਂ ਹੌਲੀ ਹੌਲੀ ਆਰਡਰ ਘਟੀ ਜਾਂਦਾ, ਕਿਉਂਕਿ ਤੁਹਾਨੂੰ ਪਤਾ ਤਿੰਨ ਡੰਗ ਹੋ ਗਏ, ਨਾਲ ਕੱਟਰੂ ਝੰਗਾਉਣਾ ਪੈਂਦਾ, ਬੋਲੀ ਹੌਲੀ ਹੌਲੀ ਕਰਕੇ ਫਿਰ ਖਾਲੀ ਕਰਨੀ ਪੈਂਦੀ ਹੈ। ਓਕੇ, ਮੌਕੇ 'ਤੇ ਬਹੁਤ ਝੋਟੀ ਬਣੀ ਹੋਈ, ਨਹੀਂ ਹੁਣ ਵੀ ਝੋਟੀ ਦੱਸੀ ਜਾਂਦੀ ਹੈ ਵੀ ਝੋਟੀ ਦਾ ਆਰਡਰ ਉਡਰ ਬਹੁਤ ਸੋਹਣਾ। ਚਲੋ ਫਿਰ ਆਏ ਨਾ ਮੌਕੇ 'ਤੇ, ਅੱਜ 4 ਦਿਨ ਹੋ ਗਏ, ਹੌਲੀ ਹੌਲੀ ਫਿਰ ਚੱਡਾ ਤਾਂ ਦੁੱਧ ਫਿਰ ਕੇਰਾਂ ਦਾ ਨਿਕਲਣੀ ਹੈ ਬੋਲੀ, ਹੈ ਨਾ? ਤਾਂ ਲੈ ਵੀ ਖੋਲਿਓ। ਲਓ ਵੀ ਮਿੱਤਰੋ, ਪਿਓਰ ਮੋਹਰਾ, ਤਾਂ ਪੂਛ 'ਤੇ ਸਿਰਫ ਥੋੜ੍ਹੇ ਜਿਹੇ ਵਾਲ ਥੱਲੋਂ ਚਿੱਟੇ ਆ। ਦੇਖੋ ਬਈ ਜਲਦੀ ਦਾ ਆਰਡਰ ਉਡਰ ਵੀ ਦੇਖੋ, ਕੁਆਲਿਟੀ ਦੇਖੋ, ਨਾਲ ਨਾਲ ਦੁੱਧ ਦੀ ਵੀ, ਦੁੱਧ ਵਾਲੀ ਮੱਝ ਆ, ਨਾਲ ਬਿਊਟੀ ਵੀ ਤੁਸੀਂ ਦੇਖ ਸਕਦੇ ਆ। ਲਓ ਵੀ ਮਿੱਤਰੋ, ਸਭ ਤੋਂ ਚੰਗੀ ਝੋਟੀ ਜਿਹੜੀ ਪਹਿਲੀ ਝੋਟੀ ਤੁਹਾਨੂੰ ਦਿਖਾਈ ਹੈ, ਅੱਜ ਚੌਥਾ ਡੰਗ ਹੀ ਆ ਸੂਈ ਨੂੰ, ਪਰਸੋਂ ਰਾਤ ਨੂੰ ਸੂਪੀ ਸੀ ਇਹ। ਲਓ ਵੀ ਸਰੀਰ ਬਣਤਰ ਕਰਨੀ ਉਹ ਵੀ ਦੇਖੋ, ਸ਼ਿੰਗ ਕਰਨੀ ਉਹ ਦੇਖੋ, ਹਰ ਪੱਖ ਦੀ ਝੋਟੀ ਬਹੁਤ ਸੋਹਣੀ ਹੈ। ਤਾਂ ਬਾਈ ਕੀ ਉਮੀਦ ਹੈ ਚਰਨੀ, ਕਿੰਨੇ ਦੁੱਧ ਦੀ ਹੈ ਤੂੰ? ਚੰਗੇ ਦੁੱਧ ਦੀ ਹੈ ਬਾਈ, ਬਾਕੀ ਹੁਣ ਸੂਫੀ ਤਿਆਰ ਕਰਕੇ ਦੇ ਦੇ ਦਿਖਾ ਦਿਆਂਗੇ ਆਪਾਂ। ਹਾਂ ਇਹ ਤਾਂ ਗੱਲ ਹੈਗੀ ਹੈ, ਮੈਨੂੰ ਉਮੀਦ ਹੈ ਕਿ 20 ਕਿਲੋ ਝੋਟੀ ਦੁੱਧ ਦੇ 19 ਰਹਿ ਜੇ 20 ਦੇ ਵਿੱਚ ਇੱਥੇ ਦੁੱਧ ਪਾਊਗਾ। ਠੀਕ ਹੈ, ਜਣੀ ਜੀ ਕਹਿਣਾ ਤਾਂ ਭਾਵ ਆਪਾਂ ਵੀ 18-19 ਤੋਂ ਸਟਾਰਟ ਹੀ ਕਰੂਗੀ। ਠੀਕ ਹੈ, ਥੋੜ੍ਹਾ ਬਹੁਤ ਤੱਕ, ਠੀਕ ਹੈ, ਉਹ ਪਤਾ ਹੁੰਦਾ। ਠੀਕ ਹੈ, ਨਹੀਂ ਬਹੁਤ ਜ਼ਿਆਦਾ ਸੋਹਣੀ ਝੋਟੀ ਹੈ ਬਾਈ। ਲਓ ਵੀ ਜੀ ਕਰਦਾ 2 ਮਿੰਟ ਤੁਹਾਨੂੰ ਇਸੇ 'ਤੇ ਕੈਮਰਾ ਲਾ ਕੇ ਦਿਖਾਈ ਚੱਲੀਏ, ਹੈ ਇੰਨੀ ਕੁ ਸੋਹਣੀ ਮਤਲਬ ਝੋਟੀ ਹੈ। ਤਾਂ ਚਰਨੀ ਫਿਰ ਦੂਜੇ ਨੰਬਰ ਵਾਲੀ ਆ ਗਈ ਬਾਈ? ਹਾਂ ਬਾਈ, ਇਹ ਤੀਜਾ ਸੂਆ ਝੋਟੀ ਸੋਹਣ ਵਾਲੀ ਹੈ ਬਾਈ। ਅੱਛਾ, ਇਹਨੇ ਤੀਜਾ ਸੂਆ ਸੋਹਣਾ। ਤਾਂ ਇਹਦੇ ਦੁੱਧ ਦੀ ਕੀ ਅਪਡੇਟ ਸੀ ਮਗਰ ਲਈ? ਇਹ ਬਾਈ ਉਹਨਾਂ ਦਾ 20 ਤੋਂ ਬਾਹਰ ਦੇ ਰੱਖਿਆ ਗਿਆ। ਅੱਛਾ, ਉਹ ਕਹਿੰਦੇ 20 ਤੋਂ ਬਾਹਰ ਹੈ। 20 ਤਾਂ, ਹਾਂ 20 ਤੋਂ ਉੱਤੇ ਦੇ ਰੱਖਿਆ, ਬਾਕੀ ਹੁਣ ਆਪਣੇ ਕੋਲੇ ਕਿੰਨਾ ਦਿੰਦੀ ਹੈ ਪਤਾ ਲੱਗ ਜੂ, ਆਪਣੇ ਕੋਲੇ ਪਤਾ ਲੱਗ ਜੂ। ਹਾਂ, ਬਹੁਤ ਬਰੀਡ ਤੇ ਕੰਪੀਟੀਸ਼ਨ ਲੜਨ ਵਾਲੀ ਵੀ ਝੋਟੀ ਹੈ ਬਾਈ। ਓਕੇ, ਇਹਦੀ ਉਮੀਦ ਕੀ ਹੈ ਤੇਰੇ ਹਿਸਾਬ ਨਾਲ ਦੁੱਧ ਦੀ ਬਾਈ? ਹਾਂ, ਮੈਂ 20 ਤੋਂ ਬਾਹਰ ਹੀ ਮੰਨੂ ਬਾਈ, 20 ਤੋਂ ਬਾਹਰ ਦੇਊਗੀ ਕਿੰਨਾ। ਓਕੇ, ਵੀ ਤਸੱਲੀ ਵਾਲੇ ਥਾਂ 'ਤੇ ਆਈ ਹੈ ਝੋਟੀ ਆਪਣੀ। ਠੀਕ ਹੈ, ਸਤਿ ਸ਼੍ਰੀ ਅਕਾਲ ਪੁੱਤ, ਹੋ ਗਿਆ ਰੈਡੀ ਸਕੂਲ ਵਾਸਤੇ? ਕਿਹੜਾ ਇੱਧਰ ਨੂੰ ਲੈ ਚੱਲੀ ਮੈਂ? ਲਓ ਵੀ ਮਿੱਤਰੋ, ਇਹ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਜੇ? ਹਾਂ, ਕੋਈ ਹੱਲ ਚੱਲ, ਕਈ ਵਾਰੀ ਉਹ ਤਾਂ ਚਲੋ ਪਸ਼ੂ ਦਾ ਪਤਾ ਨਹੀਂ ਲੱਗਦਾ,
ਤੇ ਪਰ ਹਾਂ ਲੱਗਦਾ ਵੀ ਹਜੇ ਦਿਨ ਲੈ ਜਾਣੇ ਆਣੇ। ਲਓ ਵੀ ਮਿੱਤਰੋ ਇਹ ਵੀ ਝੋਟੀ ਤੁਸੀਂ ਦੇਖੋ, ਤੀਜਾ ਸੂਆ ਸੋਹਣਾ, ਮਗਰਲੇ ਸੂਏ ਦਾ ਵੀ ਚੰਗਾ ਦੁੱਧ ਹੈ। ਤਾਂ ਇਸ ਵਾਰ ਭਾਈਚਾਰੇ ਦੀ ਆਇਤ ਹਾਂ ਪਰ ਬਿਊਟੀ ਵਾਲੀ ਆ। ਹਾਂ ਬਿਲਕੁਲ ਬਿਲਕੁਲ ਮੰਨਣ ਯੋਗ ਆ, ਬਹੁਤ ਸੋਹਣਾ ਆਰਡਰ ਹੈ। ਲਓ ਵੀ ਮਿੱਤਰੋ ਦੇਖੋ ਕੱਲੀ ਕੱਲੀ ਚੀਜ਼, ਕਿਉਂਕਿ ਦੋਨੇ ਸਾਈਡਾਂ ਤੋਂ ਥਣ ਦੀ ਜਿਹੜੀ ਬਣਤਰ ਹੈ ਤਾਂ ਜਾਂਦੀ ਦੇਖਿਓ। ਅਤੇ ਹਜੇ ਬਾਕੀ ਜਿਵੇਂ ਇਹਦੇ ਹਫ਼ਤਾ ਜਿਵੇਂ ਪਿਆ ਅਤੇ ਉਸ ਹਿਸਾਬ ਨਾਲ ਜੇ ਸੂੰਦੀ ਹੈ ਤਾਂ ਇਹਨੇ ਵੀ ਜਿਹੜੀ ਆਰਡਰ ਵਾਲੀ ਹੈ ਇਹਨੇ ਕਮਾਲ ਹੀ ਕਰ ਦੇਣੀ ਆ। ਹਜੇ ਤਾਂ ਗੋਹਾ ਵੀ ਕਰੜਾ ਕਰਦੀ ਹੈ ਜੀ, ਇੰਨਾ ਦਾ ਪਤਾ ਲੱਗ ਜਾਂਦਾ ਆਪਾਂ ਨੂੰ। ਪੰਜ ਚਾਰ ਦਿਨ ਪਹਿਲਾਂ ਮੋਕ ਜੀ ਮਾਰ ਲੱਗ ਜਾਂਦੀਆਂ ਸੂਣ ਤੋਂ, ਇੱਕ ਦੋ ਪਹਿਲਾਂ ਤਾਂ ਹਾਂ ਠੀਕ ਹੈ। ਨਹੀਂ ਲੇਵੇ ਦੱਸੀ ਜਾਂਦਾ ਬਾਈ ਬਹੁਤ ਜ਼ਿਆਦਾ ਸੋਹਣਾ, ਹੁਣ ਵੀ ਲੇਵੇ ਦੀ ਜਿਹੜੀ ਬਣਤਰੀ ਬੜੀ ਸੋਹਣੀ ਆ ਅਤੇ ਥਣ ਥੁਣ ਬਹੁਤ ਜ਼ਿਆਦਾ ਸੋਹਣਾ ਝੋਟੀ। ਇਹ ਵੀ ਬਾਈ ਚੰਗੀ ਝੋਟੀ ਹੈ। ਲਓ ਵੀ ਮਿੱਤਰੋ ਇਹਦੇ ਵੀ ਕਰੈਕਟਰ ਸਾਰੇ ਫੁੱਲ ਮੋਹਰਾ ਦੇ, ਬਿਊਟੀ ਵਾਲੀ ਨਾਲ ਝੋਟੀ ਹੈ, ਥਣ ਥੁਣ ਬੜਾ ਸੋਹਣਾ। ਤਾਂ ਬਾਕੀ ਜੇ ਆਰਡਰ ਦੀ ਆਪਾਂ ਗੱਲ ਕਰੀਏ ਜਿਵੇਂ ਭਾਈਚਾਰ ਨੇ ਦੱਸਿਆ ਤਾਂ ਹਜੇ ਸਾਰੀ ਮਤਲਬ ਢਿੱਲਾ ਪਿਆ, ਹਜੇ ਇਹ ਬਣੀ ਜਾਂਦੀ ਹੈ ਹਜੇ। ਅਤੇ ਜੇ ਹਫ਼ਤਾ ਪੂਰਾ ਲੈ ਗਈ ਤਾਂ ਇਹਨੇ ਬਣਨ ਵਾਲਾ ਜਿਹੜਾ ਐਂਡ ਕਰ ਦੇਣਾ ਬਾਈ। ਹਾਂ ਬਾਈ ਆ ਸਾਰ ਸਰ ਨਹੀਂ ਨਹੀਂ ਭਰੂਗੀ ਭਰੂਗੀ ਬਾਈ ਸਾਰੀ, ਬਹੁਤ ਬਹੁਤ ਜ਼ਿਆਦਾ ਸੋਹਣਾ ਆਰਡਰ ਅਤੇ ਬਹੁਤ ਚੰਗਾ ਆਰਡਰ ਬਣਾਉਣਾ। ਆਦੇ ਆ ਸਾਰਾ ਜਿੰਨਾ ਹਜੇ ਲੱਤਾਂ ਤੋਂ ਬਾਹਰ ਹੈ ਸਾਰਾ ਇਹ ਇਕੱਲਾ ਹਜੇ ਢਿੱਲੀ ਹੈ, ਇਹ ਹਜੇ ਦੁੱਧ ਇਹਨੇ ਬੰਨਣਾ ਹੀ ਆ, ਇਹ ਟਾਈਟ ਕਰਨਾ ਇਹਨੇ। ਲਓ ਵੀ ਮਿੱਤਰੋ ਦੇਖੋ ਗੌਰ ਨਾਲ ਤੁਸੀਂ, ਅਤੇ ਦੋਨੇ ਝੋਟੀਆਂ ਜਮਾਂ ਐਂਡ ਬਹੁਤ ਚੌੜੀ, ਬਿਲਕੁਲ ਬਿਲਕੁਲ ਬਾਈ। ਤਾਂ ਉਦੋਂ ਬਾਅਦ ਇਹ ਝੋਟੀ ਤੀਜਾ ਸੂਆ ਸੂਣ ਵਾਲੀ ਹੈ। ਅੱਛਾ ਇਹ ਵੀ ਤੀਜਾ ਸੂਆ ਸੂਣ ਵਾਲੀ ਹੈ, ਅਤੇ ਇਹ ਜ਼ਿਆਦਾ ਕੱਚੀ ਨਹੀਂ ਅਜੇ? ਇਹ ਜ਼ਿਆਦਾ ਕੱਚੀ ਹੈ ਬਾਈ। ਠੀਕ ਹੈ, ਅੱਛਾ 10-12 ਦਿਨ ਲੈ ਜੂਗੀ ਅਜੇ, ਠੀਕ ਹੈ। ਹਾਂ ਕੱਚੀ ਹੈ ਕਿਉਂਕਿ ਜ਼ਿਆਦਾ ਦੇਖਣ ਨੂੰ ਪਤਾ ਲੱਗ ਜਾਂਦਾ ਹੈ ਨਾ। ਖੋਲੀ ਬਾਈ ਸੀਲ ਠੰਡੀ ਹੈ ਬਹੁਤ ਆ ਬਾਈ ਦੁੱਧ, ਪਰ ਇਹ ਦੇਊਗੀ 15 ਤੋਂ 17 ਲੀਟਰ ਦੇ ਵਿੱਚ ਵਿੱਚ। ਓਕੇ ਦੁੱਧ 15 ਤੋਂ 17 ਕਰ ਸਕਦੀ ਹੈ। ਲਓ ਵੀ ਮਿੱਤਰੋ ਥਣ ਥਣ ਇਹਦਾ ਵੀ ਸੋਹਣਾ, ਹਜੇ ਕੱਚੀ ਕਰਕੇ ਆਰਡਰ ਇਹਨੇ ਘੱਟ ਭਰਿਆ ਹਜੇ। ਅੱਛਾ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਸੀ, ਪਰ ਇਹ 8 ਮਹੀਨਿਆਂ ਤੋਂ 8 ਮਹੀਨੇ ਗਰਭਣ ਹੋ ਕੇ 8 ਮਹੀਨੇ ਦੇ ਦੁੱਧ ਦਿੰਦੀ ਹੈ, ਚੋਣ ਦੀ ਬਹੁਤ ਪੋਲੀ ਆ। ਓਕੇ ਉਹਨਾਂ ਦਾ ਵੇਚਣ ਦਾ ਇਰਾਦਾ ਹੈ ਨਹੀਂ ਸੀ। ਹਾਂ ਮੈਂ ਆਪ ਹੀ ਕਹਿਤਾ, ਮੈਂ ਕਿਹਾ ਚਲੋ 20 ਤੋਂ ਬਾਹਰ ਵਾਲੀ ਝੋਟੀ ਕਰ ਕੇ ਜੂਗਾ ਉਹ ਰੱਖਾਂਗੇ। ਓਕੇ ਠੀਕ ਹੈ, ਤਾਂ ਕਰਕੇ ਵੀ ਉਹ ਕਹਿੰਦੇ ਨਹੀਂ ਸਾਡੀ ਵਧੀਆ ਦੁੱਧ। ਲਓ ਵੀ ਮਿੱਤਰੋ ਝੋਟੀ ਇਹ ਵੀ ਸੁਨੱਖੀ ਆ, ਪਰ ਹਜੇ ਥੋੜਾ ਜਿਹਾ ਇਹਦਾ ਟਾਈਮ ਪਿਆ ਗਾ, ਜ਼ਿਆਦਾ 12-15 ਦਿਨ ਲੈ ਜਾਣੇ ਨੇ, ਇਸ ਕਰਕੇ ਥੋੜੀ ਜੀ ਹਾਂ ਚਰ ਨਹੀਂ ਕਹਿੰਦਾ ਵੀ 15 ਤੋਂ ਬਾਹਰ ਦੁੱਧ ਪਾਉਣਾ ਬਾਈ ਇਹਨੇ, ਅਤੇ ਵੀ 17 ਤੱਕ ਵੀ ਜਾ ਸਕਦੀ ਆ, ਤੁਸੀਂ 15 ਤੋਂ ਬਾਹਰ ਹੀ ਮੰਨੋ। ਹਾਂ ਅਤੇ ਬਾਕੀ ਸੋਹਣੀਆਂ ਜੀ ਅੱਜ ਤਿੰਨੇ ਝੋਟੀਆਂ ਸਿੰਗਾਂ ਤੋਂ ਲਾ ਕੇ, ਬਣਤਰ ਬੜੀ ਪਿਆਰੀ ਹੈ। ਤਾਂ ਜਿਹਨੂੰ ਕਹਿ ਦਈਏ ਵੀ 2 ਘੜੀਆਂ ਦੇਖੀ ਜਾਈਏ ਇੱਦਾਂ ਦੀ ਬਣਤਰ ਵਾਲੀਆਂ ਜਿਹੜੀਆਂ ਝੋਟੀਆਂ, ਉਹਦਾ ਕਰਾਈ ਮਾੜਾ ਜਿਹਾ ਪੈਰ ਸੱਟ ਜੇ। ਅਤੇ ਲਓ ਵੀ ਮਿੱਤਰੋ ਕਰੋ ਗੌਰ, ਓਕੇ ਜਾਣੀ ਕਿ ਇਹ ਮੈਨੂੰ ਵੀ 19 ਤੱਕ ਜਾਣਾ ਹੈ, 21 ਦੇ ਵਿੱਚ ਦੁੱਧ ਦੇ ਦੂਗੀ ਦੇ ਦੂਗੀ ਠੀਕ ਹੈ, ਤੇ ਪਰਲੀ 20 ਦੇਊਗੀ, ਉਹ 20 ਤੋਂ ਬਾਹਰ ਵੀ ਦੇਊਗੀ, 20 ਤੋਂ ਬਾਹਰ ਬਾਹਰ ਹੀ ਦੇਊਗੀ। ਓਕੇ ਠੀਕ ਹੈ ਬਾਈ, ਤੇ ਚਰਨੀ ਨੰਬਰ 98-159 ਬਾਈ 98-159 30-726
3072981960 3072960 ਇਹ ਨੰਬਰ ਆ ਬਾਈ ਚਰਨੀ ਦਾ। ਜ਼ਿਆਦਾ ਜਾਣਕਾਰੀ ਲੈਣ ਵਾਸਤੇ ਤੁਸੀਂ ਬਾਈ ਦੇ ਨਾਲ ਕਨੈਕਟ ਕਰ ਸਕਦੇ ਹਾਂ। ਕਿ ਬਾਈ ਤਿਆਰ ਕਰਕੇ ਵੇਚਣ ਦੀ ਹੁੰਦੀ ਆਪਾਂ ਨੂੰ ਵੈਸੇ ਤਾਂ, ਹੁਣ ਇਹ ਕਿ ਥਾਂ ਥੋੜ੍ਹਾ ਕਰਕੇ ਆਪਾਂ ਨੂੰ ਐਂ ਹੁੰਦਾ ਕਿ ਗੱਬਣ ਚਲੋ ਆਹੋ ਵੀ ਚੱਲ ਜਿਵੇਂ ਹੁਣ ਤਾਂ ਹੀ ਆਪਾਂ ਦੁੱਧ ਐਂ ਹੁੰਦਾ ਕਿ ਉਹਨਾਂ ਕੀ ਉਹ ਕੀਤਾ ਆਪਾਂ ਕਿ ਤਿਆਰ ਕਰਕੇ ਦੁੱਧ ਵਿੱਚ ਦਿਖਾਈਏ ਆਪਾਂ ਮੱਝਾਂ। ਹਾਂ ਬਿਲਕੁਲ ਬਿਲਕੁਲ, ਹੁਣ ਤਿਆਰ ਤਾਂ ਐਂ ਕਿ 15-20 ਦਿਨ ਲੱਗਦੇ, ਜੇ ਕੋਈ ਰਹੇਗੀ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ, ਤਿਆਰ ਕਰਕੇ ਵੀ ਦੇ ਦਾਂਗੇ। ਠੀਕ ਹੈ, ਪੱਕੀ ਤੇ ਆਪਾਂ ਉਸ 'ਚ ਲਿਆਂਦੀਆਂ ਆਹੋ ਵੀ ਆਪਦੇ ਜਮਾਂ ਪੱਕੀਆਂ ਮੱਝਾਂ ਹੀ ਆਈਆਂ ਵਾਂਗਾ, ਉਹੀ ਉਮੀਦ ਤੇ ਆਈਆਂ ਵਾਂਗਾ ਵੀ ਆਹੋ। ਕਈ ਵਾਰੀ ਫਿੱਟ ਹੁੰਦੀ ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਸਾਡੀ ਆ ਬਈ, ਆ ਫੜ ਸਾਈ ਕੋਈ ਨਾ, ਹਜੇ 2-4 ਦਿਨ ਦੁੱਧ ਮਾੜਾ ਜਿਹਾ ਲਾ ਕਰ ਲਾਂਦੇ ਫੇਰ ਦੇ ਦਾਂਗੇ ਬਈ। ਕਰਿਆ ਹੋਣੀਆਂ ਦੁੱਧ, ਬਸ ਐਂ ਹੁੰਦਾ ਕਿ ਆਪਣੇ ਕੋਲ ਥਾਂ ਤੇ ਹੁਣ ਪਸ਼ੂ ਜ਼ਿਆਦਾ, ਬਿਲਕੁਲ ਕਿ ਹੋਰ ਗਾਹਕ ਨੂੰ ਹੋਰ ਐਂ ਕਿ ਰੋਕਣਾ ਪਊ ਕੰਮ। ਹਾਂਜੀ ਤੁਸੀਂ ਦੇਖ ਸਕਦੇ ਹਾਂ ਬਾਈ, ਤਾਂ ਇਧਰਲੇ ਪਾਸੇ ਵੀ ਅਤੇ ਬਾਈ ਕੋਲੇ ਹੁਣ 2 ਫਾਰਮ ਹੈ ਤੁਹਾਨੂੰ ਪਤਾ ਚਰਨੀ ਕੋਲੇ, ਅਤੇ ਦੋਨੇ ਫਾਰਮ ਹੀ ਜਿਹੜੇ ਫੁੱਲ ਹੀ ਹੈ, ਲੋਹੜੀ ਹੈ, ਦੂਜੇ ਪਾਸੇ ਸਾਰੀਆਂ ਪੱਕੀਆਂ ਮੈਸਾਂ, ਇੱਧਰ ਵੀ ਪੱਕੀਆਂ ਮੈਸਾਂ ਬਾ, ਜਿਵੇਂ 2-4 ਮੈਸਾਂ ਵੈਸੇ ਆ ਜਾਂਦੀਆਂ ਤਾਂ ਇੱਦਾਂ ਨਾਲੇ ਆਪਦੇ ਦੁੱਧ ਪੂਰਾ ਕਰੀ ਰੱਖਦੇ ਆ ਅਤੇ ਨਾਲੇ 2-4 ਕੱਢਦੇ ਰਹਿੰਦੇ ਆ, ਲਿਆਉਂਦੇ ਰਹਿੰਦੇ ਆ, ਹੈ ਨਾ। ਚਲ ਇੰਨੇ ਨਾਲ ਰੌਣਕ ਮੇਲਾ ਫਾਰਮ 'ਤੇ ਲੱਗਿਆ ਰਹਿੰਦਾ, ਅਤੇ ਬਾਕੀ ਚੀਜ਼ਾਂ ਤਾਂ ਹੋਰ ਵੀ ਬਹੁਤ ਜ਼ਬਰਦਸਤ ਆ, ਜਿਵੇਂ ਉਹ ਖਾਲੀ ਕਰਤੀ ਝੋਟੀ ਹਜੇ ਬੌਲੀ ਤੋਂ, ਤਾਂ ਬਹੁਤ ਚੰਗੀ ਬਾਈ ਕਹਿੰਦਾ ਇਹ ਇਹ 10 ਕਿਲੋ ਤੋਂ ਸਟਾਰਟ ਕੀਤਾ ਨੇ ਬਾਈ, 10 ਕਿਲੋ ਤੋਂ ਸਟਾਰਟ ਹੋਈ ਆ ਬੌਲੀ ਕੱਟੀ ਬਾਈ, ਇਹ ਵੀ ਸੋਹਣੀ ਆ, ਹੈ ਨਾ। ਲਓ ਵੀ ਮਿੱਤਰੋ, ਇਹ ਵੀ ਤੁਸੀਂ ਦੇਖੋ ਜਮਾਂ ਖਾਲੀ ਕੀਤੀ ਵੀ ਆ, ਇੱਧਰੋਂ ਵੀ ਥਾਂ ਤੋਂ ਤੁਸੀਂ ਦੇਖ ਸਕਦੇ ਆ, ਅਤੇ ਜਿਹੜੀ ਚੱਡੇ ਦੀ ਬਣਤਰ ਆ ਤੁਸੀਂ ਉਹ ਵੀ ਦੇਖ ਸਕਦੇ ਆ। ਤਾਂ ਇਹਨੇ ਵੀ ਹੁਣ ਨਹੀਂ ਨਹੀਂ ਬਹੁਤ ਸੋਹਣਾ ਇਹਦਾ ਆਰਡਰ ਹੈ, ਅਤੇ ਇਹਦੇ ਮਗਰ ਕੀ ਆ ਬਾਈ, ਇਹਦੇ ਮਗਰ ਕੱਟੀ ਆ ਜੀ, ਅਤੇ ਇਹ ਪਹਿਲਣ ਝੋਟੀ ਆ ਨਾ, ਇਹ ਪਹਿਲਣ ਆ ਜੀ। ਤਾਂ ਦੇਖ ਸਕਦੇ ਹੋ ਤੁਸੀਂ ਝੋਟੀ ਕੱਦ ਕਾਠ ਵੀ ਸੋਹਣਾ ਝੋਟੀ ਦਾ, ਤਾਂ ਵੈਸੇ ਵੀ ਕੂਨੀ ਆ ਕਿਉਂਕਿ ਪਸ਼ੂ ਦਾ ਖਿੱਚਣ ਜਦੋਂ ਪਤਾ ਲੱਗ ਜਾਂਦਾ। ਓਕੇ, ਬਾਕੀ ਕੱਦ ਕੁੱਦ ਵੀ ਸੋਹਣਾ, ਸਿੰਘ ਸੁੰਘ ਦੀ ਵੀ ਬੜੀ ਸੋਹਣੀ ਆ, ਪਿਓਰ ਬਰੀਡ ਵਾਲੀ ਮੱਝ ਆ ਜੀ, ਇਹ ਵੀ ਮੋਹਰਾ ਦੇ ਵਿੱਚ, ਇਹਦੀ ਕੁੱਕ ਕੁੱਕ ਵੀ ਦੇਖ ਸਕਦੇ ਹੋ ਤੁਸੀਂ ਝੋਟੀ ਦੀ। ਅਤੇ ਬਾਕੀ ਜਿਵੇਂ ਬਾਈ ਨੇ ਦੱਸਿਆ, ਅਤੇ ਜਮਾਂ ਅੱਜ ਖਾਲੀ ਕੀਤੀ ਆ ਹੁਣ 1-2 ਦਿਨਾਂ ਦੀ, ਜਿਹੜੀ ਮਤਲਬ 4 ਦਿਨ ਇਹਨੂੰ ਸੂਈ ਨੂੰ ਹੋ ਗਿਆ, ਅਤੇ ਪਰ ਪਹਿਲਾਂ ਆਪਾਂ ਥੋੜ੍ਹਾ ਜਿਹਾ ਛੇਤੀ ਖਾਲੀ ਕਰ ਦਿੰਦੇ ਹਾਂ। ਹਾਂ ਵੀ ਕਿਹੜਾ ਹੁਣ 10 ਲੀਟਰ ਤੋਂ ਸਟਾਰਟਿੰਗ ਕਰਤੀ ਇਹਨੇ, ਹਾਂ ਜਿਹੜੇ ਹਿਸਾਬ ਨਾਲ ਆਰਡਰ ਦੀ ਆਹੋ, ਆਰਡਰ ਦੀ ਵੀ ਬਣਤਰ ਸੋਹਣੀ ਆ। ਠੀਕ ਹੈ, ਉਹ ਵੀ 15-16 ਲੀਟਰ ਤਾਂ ਇਹੋ ਜਿਹੀ ਝੋਟੀ ਨੂੰ ਕੀ ਮਾਇਨੇ ਰੱਖਦਾ, ਹੈ ਨਾ। ਆਰਡਰ ਬਹੁਤ ਸੋਹਣਾ, ਖਾਲੀ 10 ਕਿਲੋ ਤੋਂ ਬਈ ਚੱਲੀ ਆ ਹੁਣ ਇਹ। ਹਾਂ ਇਹ ਵੀ ਹੈ, ਇਹ ਬਾਈ ਕਹਿੰਦਾ ਵੀ ਵਿੱਚ ਇਹ, ਵੈਸੇ ਮੈਂ ਹੁਣ ਤੁਹਾਨੂੰ ਦਿਖਾਤੀ, ਬਾਈ ਨੇ ਤਾਂ ਇਹ ਆਖਿਆ ਜੀ, ਕਹਿੰਦਾ ਇਹਨੂੰ ਵਿੱਚ ਹਜੇ ਨਾ ਲਈ, ਕਿਉਂਕਿ ਇੱਕ ਵਾਰੀ ਬੌਲੀ ਤੋਂ ਤਾਂ ਖਾਲੀ ਕਰਤੀ, ਅਤੇ 10-15 ਦਿਨਾਂ ਦੇ ਵਿੱਚ ਇਹਨੇ ਦੁੱਧ ਤਿਆਰ ਕਰ ਦੇਣਾ, ਕਹਿੰਦਾ ਇਹਨੂੰ ਆਪਾਂ ਦੁੱਧ ਜਮਾਂ ਤਿਆਰ ਕਰਕੇ ਮੌਕੇ 'ਤੇ ਜਿੰਨਾ ਕਰ ਗਈ ਉਸ ਹਿਸਾਬ ਦੇ ਨਾਲ ਹੀ ਉਹ ਕਰ ਲਾਂਗੇ, ਕੋਈ ਤਿਆਰ ਕਰਕੇ ਜਿਹੜੀ ਇੱਕ ਦੀ ਵੇਗੀ ਇੱਕ ਤਿਆਰ, ਬਾਕੀ ਤਿਆਰ ਕਰਕੇ, ਬਾਕੀ ਤਿਆਰ ਕਰਕੇ, ਬਿਲਕੁਲ ਐਂ ਹੁੰਦਾ ਕਿ ਗਾਂ ਫਿਰ ਲਿਆਉਣ ਜੋਗੇ ਨਹੀਂ ਰਹਿੰਦੇ, ਬਸ ਇਹੀ ਚੱਕਰ ਆ ਕਿ 15 ਮਿੰਟ। ਹਾਂ ਸਹੀ ਹੈ, ਬਸ ਇਹੀ ਹੈ, ਥਾਂ ਦੀ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਤੁਸੀਂ ਕਰਨਾ, ਤੂੰ ਦੇਖ ਸਕਦੇ ਆਹੋ, ਬਿਲਕੁਲ ਬਿਲਕੁਲ ਨਹੀਂ, ਤੁਸੀਂ ਤੁਹਾਨੂੰ ਅੱਗੇ ਵੀ ਪਤਾ ਗਾ ਸਾਰਾ ਚਰਨੀ ਉਮੀਦਾਂ ਤੋਂ ਖਰਾਬ ਉਤਰਦਾ। ਕਿਹਾ ਸੀਗਾ ਪਿਛਲੀ ਵਾਰ ਮੱਝ ਰੁਕ ਗਈ ਆਪਣੇ ਘਰੇ, ਤੁਹਾਨੂੰ ਪਤਾ ਪ੍ਰਾਹੁਣ, ਅਤੇ ਉਹ ਮੱਝ 21 ਕਿਲੋ ਦੁੱਧ ਤੋਤੇ ਉੱਤੇ ਚੋ ਕੇ ਭੇਜੀ ਆ ਉੱਤੇ, ਸੂਈ 1.5 ਮਹੀਨੇ ਦੀ ਹੋ ਗਈ ਸੀਗੀ। ਓਕੇ, ਸੂਈ 1.5 ਮਹੀਨੇ ਦੀ ਹੋ ਗਈ ਜੀ, 21 ਕਿਲੋ ਤੋਂ ਪਲੱਸ ਪਲੱਸ ਦੁੱਧ ਕਰਕੇ ਲੈ ਕੇ ਗਿਆ ਬਾਈ ਚੋ ਕੇ। ਠੀਕ ਹੈ ਜੀ ਬਾਈ, ਤਾਂ ਲਓ ਵੀ ਮਿੱਤਰੋ, ਤਾਂ ਬਾਕੀ ਬਾਈ ਦਾ ਚਰਨੀ ਦਾ ਤੁਹਾਨੂੰ ਨੰਬਰ ਵੀ ਦਿੱਤਾ, ਅਤੇ ਕਨੈਕਟ ਕਰੋ ਅਤੇ ਜ਼ਿਆਦਾ ਜਾਣਕਾਰੀ ਲਈ ਬਾਈ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।